ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਲੁਧਿਆਣਾ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿੱਥੇ ਮੀਡੀਆ ਦੇ ਮੁਖਾਤਿਬ ਹੁੰਦਿਆਂ ਉਹਨਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਇਮਾਨਦਾਰੀ ਦੇ ਨਾਲ ਤਿਆਰ ਕੀਤੀ ਗਈ ਸੱਚੀ ਰਿਪੋਰਟ ਐਲਾਨਿਆ ਅਤੇ ਉਹਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਇਸ ਪ੍ਰਤੀ ਢੁਕਵੇਂ ਕਦਮ ਚੁੱਕ ਕੇ ਦੋਸ਼ੀਆਂ ਨੂੰ ਸਜ਼ਾਵਾਂ ਦੇਵੇ। ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਇਸ ਮੌਕੇ ਸੁਰਖੀਆਂ 'ਚ ਬਣਿਆ ਹੋਇਆ। ਉਹਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਆਪਣੇ ਅਖੀਰਲੇ 18 ਸਾਲ ਇਸੇ ਪਾਵਨ ਧਰਤੀ ਤੇ ਬਿਤਾਏ ਗਏ ਨੇ ਤੇ ਉਹਨਾਂ ਜੋਤੀ ਜੋਤ ਵੀ ਇਸੇ ਜਗ੍ਹਾ ਤੇ ਸਮਾਏ ਸਨ। ਉਹਨਾਂ ਮੰਗ ਕੀਤੀ ਕਿ ਪਾਕਿਸਤਾਨ ਦੇ ਇਸ ਮਹਾਨ ਅਸਥਾਨ ਦੇ ਲਈ ਲਾਂਘਾ ਜ਼ਰੂਰ ਖੁੱਲਣਾ ਚਾਹੀਦਾ ਹੈ ਅਤੇ ਦੋਵੇਂ ਸਰਕਾਰਾਂ ਨੂੰ ਇਸ ਮਸਲੇ ਨੂੰ ਲੈ ਕੇ ਸਾਰਥਿਕ ਕਦਮ ਪੁੱਟਣੇ ਚਾਹੀਦੇ ਨੇ। ਦੇਖੋ ਜੀ, ਜਿਸ ਤਰ੍ਹਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਹੈਗੀ, ਉਹ ਰਿਪੋਰਟ ਉਹਨਾਂ ਨੇ ਬੜੀ ਇਮਾਨਦਾਰੀ ਦਿਆਨਦਾਰੀ ਨਾਲ ਔਰ ਉਹਨਾਂ ਨੂੰ ਇਸ ਰਿਪੋਰਟ ਦੇ ਉੱਤੇ ਪਹੁੰਚਣ ਲਈ ਉਸ ਅਕਾਲ ਪੁਰਖ ਨੇ ਵੀ ਮਦਦ ਕੀਤੀ ਹੈ। ਜਦ ਕਿਸੇ ਜਗ੍ਹਾ 'ਤੇ ਉਹਨਾਂ ਨੂੰ ਨਹੀਂ ਸੀ ਕੁਛ ਸੋਚ ਰਿਹਾ ਤਾਂ ਅਕਾਲ ਪੁਰਖ ਨੇ ਆਪ ਉਹਨਾਂ ਨੂੰ ਦੱਸਿਆ ਵੀ ਇਸ ਰਸਤੇ ਚਲੋ ਤਾਂ ਤੁਹਾਨੂੰ ਇਹ ਸਾਰੀ ਸੱਚਾਈ ਨਜ਼ਰ ਆ ਜਾਏਗੀ। ਮੈਂ ਪੁੱਛਣਾ ਚਾਹੁੰਦਾ ਬਾਦਲ ਸਾਹਿਬ ਨੂੰ, ਤੁਹਾਡਾ ਰਾਜ ਸੀ ਸਿੱਖਾਂ ਦੇ ਨਾਂ 'ਤੇ, ਤੁਸੀਂ ਵੋਟਾਂ ਲੈ ਕੇ ਰਾਜ ਕਰਦੇ ਰਹੇ ਹੋ, 2 ਮਹੀਨੇ ਗੁਰੂ ਗ੍ਰੰਥ ਸਾਹਿਬ ਦੀ ਬਦਵੀ ਹੋਈ, ਕੀ ਤੁਸੀਂ 2 ਮਹੀਨੇ ਉਸ ਪਿੰਡ ਵਿੱਚ ਗਏ ਹੋ? ਤੁਹਾਡਾ ਕੋਈ ਲੀਡਰ ਗਿਆ ਵੀ ਇਹ ਬਦਵੀ ਹੋਈ ਹੈ, ਦੱਸੋ ਜੀ ਕਿੱਦਾਂ ਕੰਮ ਹੈ ਕਿੱਦਾਂ ਨਹੀਂ ਹੈ? ਤੁਸੀਂ ਤਾਂ ਸਾਫ ਤੁਹਾਡਾ ਸੌਦਾ ਸੀ ਡੇਰਾ ਸਾਧ ਨਾਲ ਬਈ ਅਸੀਂ ਬੇਅਦਬੀ ਕਰਾਂਗੇ, ਤੁਸੀਂ ਕਹਿਣਾ ਕੋਈ ਨਹੀਂ ਅਸੀਂ ਤੁਹਾਨੂੰ ਵੋਟਾਂ ਪਾ ਦਿਆਂਗੇ। ਤੁਸੀਂ ਤਾਂ ਗੁਰੂ ਨੂੰ ਦਾਅ 'ਤੇ ਲਾਤਾ ਵੋਟਾਂ ਦੀ ਖਾਤਰ, ਤੁਹਾਨੂੰ ਗੁਰੂ ਕਿਵੇਂ ਬਖਸ਼ੇਗਾ ਅਤੇ ਸਰਕਾਰ ਕਿਵੇਂ ਬਖਸ਼ੇਗੀ? ਬਿਲਕੁਲ ਨਹੀਂ ਬਖਸ਼ਣੀ ਚਾਹੀਦੀ। ਅਸੀਂ ਸਰਕਾਰ ਨੂੰ ਕਹਾਂਗੇ ਛੇਤੀ 'ਚ ਛੇਤੀ ਐਕਸ਼ਨ ਲੈ ਕੇ ਇਹਨਾਂ 'ਤੇ ਮੁਕੱਦਮੇ ਚਲਾਏ ਜਾਣ ਔਰ ਰੋਜ਼ ਦਿਹਾੜੀ ਦੀ ਜਿਹੜੀ ਇਹ ਝੂਠ ਕਪੱਟ ਬੋਲਦਾ ਇਹਨੂੰ ਉਸ 'ਤੇ ਰੋਕ ਲਾਈ ਜਾਵੇ। ਕਰਤਾਰਪੁਰ ਦਾ ਲਾਂਘਾ ਜਿਹੜਾ ਹੈਗਾ, ਇਹ ਅਸੀਂ ਪਰਸਨਲੀ ਔਰ ਸਾਡੀ ਪਾਰਟੀ ਪਿਛਲੇ 14 ਸਾਲਾਂ ਤੋਂ ਬਰਾਬਰ ਇਸ ਪਾਸੇ ਵੱਲ ਧਿਆਨ ਦਿੰਦੀ ਰਹੀ ਹੈ। ਕਰਤਾਰਪੁਰ ਦਾ ਗੁਰਦੁਆਰਾ ਵੀ ਅਸੀਂ ਘੁਲਾਇਆ, ਸਭ ਨੂੰ ਪਤਾ ਹੈ। ਉਹ ਜਿਹੜੀ ਸੜਕ ਸੀ ਜਿੱਥੇ ਕਿਉਂਕਿ ਜਾਣ ਦਾ ਰਸਤਾ ਨਹੀਂ ਸੀ, ਉਹ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਸੂਬ ਵਰਤ ਕੇ ਚੌਧਰੀ ਪ੍ਰਵੇਸ਼ ਲਾਈ ਕੋਲ ਬਣਾਈ। 2 ਦਿਨਾਂ 'ਚ 2.5 ਕਿਲੋਮੀਟਰ ਜਿਹੜੀ ਸੜਕ ਸੀ ਉਹ ਬਣੀ ਸੀ ਔਰ ਅਸੀਂ ਇਸ ਗੱਲ ਦੇ ਹਾਮੀ ਸਾਂ। ਅਸੀਂ ਤਾਂ 8 ਸਾਲ ਪਹਿਲਾਂ ਸਾਨੂੰ ਉਮੀਦ ਸੀ ਵੀ ਇਹ ਰਸਤਾ ਖੁੱਲ੍ਹੇਗਾ। ਅਸੀਂ 8 ਸਾਲ ਪਹਿਲਾਂ ਉੱਥੇ ਰਾਵੀ ਤੋਰੇ ਬਹੁਤ ਵੱਡਾ ਇੱਕ ਗੇਟ ਵੀ ਬਣਾਤਾ ਸੀ ਵੀ ਕਰਤਾਰਪੁਰ ਸਾਹਿਬ ਨੂੰ ਜਾਣ ਦਾ ਰਸਤਾ, ਉੱਥੇ 500 ਬੰਦਿਆਂ ਦੇ ਬਹਿਣ ਦੀ ਜਗ੍ਹਾ ਵੀ ਬਣਾਤੀ ਸੀ ਵੀ ਆਰਾਮ ਨਾਲ ਲੋਕ ਬੈਠ ਕੇ ਕੁਝ ਆਰਾਮ ਕਰਨਾ ਚਾਹੁਣ ਕਰ ਸਕਣ, ਅਤੇ ਸਾਨੂੰ ਤਾਂ ਉਮੀਦ ਸੀ 8 ਸਾਲ ਪਹਿਲਾਂ ਦੀ। ਹੁਣ ਇਹ ਸਿੱਧੂ ਅਤੇ ਪਾਕਿਸਤਾਨ ਜਾਣ ਨਾਲ ਇਹ ਆਵਾਜ਼ ਉੱਠੀ ਹੈ। ਮੈਂ ਸਮਝਦਾ ਕਿ ਜਿਹੜਾ ਇਮਰਾਨ ਖਾਨ ਨੇ ਆਪਣੇ ਦੋਸਤ ਨੂੰ ਬੁਲਾਇਆ, ਇਹ ਸ਼ਾਇਦ ਗੱਲ ਕਰਕੇ ਜਨਰਲ ਬਾਜਵਾ ਨੇ ਬਹੁਤ ਵਧੀਆ ਕੰਮ ਕੀਤਾ, ਪਰ ਮੈਂ ਉਹਨਾਂ ਨੂੰ ਇਹ ਵੀ ਬੇਨਤੀ ਕਰਾਂਗਾ ਕਿ ਹੁਣ ਇਸ ਕੰਮ ਨੂੰ ਸਿਰੇ ਚਾੜਨ, ਹੁਣ ਗੱਲਾਂ 'ਚ ਨਾ ਰੱਖਣ। ਆਪਣੀ ਹਿੰਦੁਸਤਾਨ ਦੀ ਸਰਕਾਰ ਤਦ ਮੰਨੇਗੀ ਨਹੀਂ ਮੰਨੇਗੀ, ਉਹ ਆਪਣੇ ਵੱਲੋਂ ਕਰਤਾਰਪੁਰ ਤੋਂ ਲੈ ਕੇ ਆਖਰੀ ਜਿਹੜਾ ਹਿੱਸਾ ਹੈਗਾ ਹਿੰਦੁਸਤਾਨ ਦੇ ਬਾਰਡਰ ਤੱਕ ਆਪਣਾ ਪੁੱਲ ਬਣਾਵਣ, ਜੋ ਵੀ ਬਣਾ ਸਕਦੇ ਨੇ ਬਣਾ ਕੇ ਉਹਦੀ ਕਰਨ, ਕਿ ਮਾਡਲ ਸਪਰੈਂਡਿੰਗ ਹੋਣਾ ਚਾਹੀਦਾ, ਕਿਵੇਂ ਬੰਦੇ ਜਾਣੇ ਚਾਹੀਦੇ ਨੇ, ਕਿਵੇਂ ਵਾਪਸ ਆਉਣੇ ਚਾਹੀਦੇ ਨੇ, ਇਹ ਹਰ ਚੀਜ਼ ਉੱਥੇ ਤਿਆਰ ਹੋਣੀ ਚਾਹੀਦੀ ਹੈ।